ਜੇ ਟੈਂਕੀ ਸਹੀ ਆ ਤਾਂ ਇੰਜਨ ਦੀ ਹੈਲਥ ਬਹੁਤ ਵਧੀਆ ਰਹੂਗੀ ਜੇ ਆਪਣੇ ਪੇਟ ਚ ਪ੍ਰੋਬਲਮ ਆ ਨੇ ਆਪ ਨੂੰ ਕਬਜਾ ਉਹ ਸਾਫ ਨਹੀਂ ਹੁੰਦਾ ਹੈਗਾ ਤਾਂ ਫਿਰ ਇੱਥੇ ਫੂਡ ਜਾਣਾ ਇਦੋਂ ਬਾਅਦ ਸਾਰੀ ਬਾਡੀ ਨੂੰ ਖਰਾਕ ਲੱਗਣੀ ਆ 80% ਜਿਹੜੇ ਆਪਣੇ ਇਮਿਊਨ ਸਿਸਟਮ ਦੇ ਸੈੱਲ ਨੇ ਢਿੱਡ ਚ ਰਹਿੰਦੇ ਨੇ ਤੁਹਾਡੇ ਫੀਲ ਗੁੱਡ ਹਾਰਮੋਨ ਜਿਹੜੇ ਤੁਹਾਨੂੰ ਖੁਸ਼ ਕਰਦੇ ਨੇ ਟਿੱਡ ਚ ਰਿਲੀਜ਼ ਹੁੰਦੇ ਨੇ ਟਿੱਡ ਦਾ ਬ੍ਰੇਨ ਨਾਲ ਵੀ ਸੰਬੰਧ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਆ ਜਿਹੜੀ ਤੁਹਾਡੇ ਟਿੱਡ ਦੀ ਪੂਰੀ ਹੈਲਥ ਚੇਂਜ ਕਰ ਦਊਗੀ ਜੇ ਤੁਹਾਨੂੰ ਟਿੱਡ ਦੀਆਂ ਪ੍ਰੋਬਲਮਾਂ ਨੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵੀਕ ਜਿਹੜੀ ਮੈਨੂੰ ਪ੍ਰੋਬਲਮ ਰਹੀ ਆ ਟਿੱਡ ਦੀ ਮੈਂ ਇਹ ਚੀਜ਼ ਪੱਕੀ ਐਡ ਕਰਕੇ ਰੱਖੀ ਆ ਤੇ ਇਹਨੂੰ ਮੈਂ ਕੱਢ ਨਹੀਂ ਸਕਦਾ ਹੋਰ ਸਾਰੀਆਂ ਚੀਜ਼ਾਂ ਮੈਂ ਡਾਈਟ ਚੋਂ ਕੱਢ ਸਕਦਾ ਇਹ ਪੱਕੀ ਹੁਣ ਪਰਮਨੈਂਟਲੀ ਮੇਰੀ ਡਾਈਟ ਚ ਐਡ ਹੋ ਗਈ ਜੋ ਕਿ ਪ੍ਰੋਬਾਇਓਟਿਕਾ ਸਪਲੀਮੈਂਟ ਜੇ ਸਪਲੀਮੈਂਟ ਨਹੀਂ ਹੈਗਾ ਧਿਆਨ ਰੱਖਿਓ ਤਾਂ ਦਹੀਂ ਜ਼ਰੂਰ ਖਾਣਾ ਕਿਉਂਕਿ ਦਹੀਂ ਦੇ ਵਿੱਚ ਵੀ ਪ੍ਰੋਬਾਇਓਟਿਕ ਹੁੰਦੇ ਕਿਉਂਕਿ ਇਹ ਸਪਲੀਮੈਂਟ ਬਹੁਤ ਬੈਸਟ ਕੁਆਲਿਟੀ ਦਾ ਹਮੇਸ਼ਾ ਇਹਨੂੰ ਫਰਿੱਜ 'ਚ ਰੱਖਣਾ ਪੈਂਦਾ ਫਰਿੱਜ 'ਚੋਂ ਬਾਹਰ ਵੀ ਰੱਖ ਸਕਦੇ ਹੋ ਪਰ ਠੰਡੀ ਪਲੇਸ ਤੇ ਸਪਲੀਮੈਂਟ ਬੌਂਦੇ ਨੇ ਮਿੱਤਰੋ ਸਪਲੀ ਸਪਲੀਮੈਂਟ 'ਚ ਫਰਕ ਆ ਇਹਦੀ ਨਿਸ਼ਾਨੀ ਇਹ ਹੋਊਗੀ ਕਿ ਮਹਿੰਗਾ ਹੋਊਗਾ 60 ਕੈਪਸੂਲ ਇਹਦੇ 65-70 ਡਾਲਰ 'ਚ ਹੋਣਗੇ ਕੈਨੇਡੀਅਨ 'ਚ ਤੇ ਹੋਣਾ ਚਾਹੀਦਾ ਇਹ 50 ਬਿਲੀਅਨ ਐਕਟਿਵ ਕਲਚਰ ਵਾਲਾ ਕਿ ਐਕਟਿਵ ਹੋਣੇ ਚਾਹੀਦੇ ਨੇ 50 ਬਿਲੀਅਨ ਜਸਟ ਸੀਐਫਯੂ ਯਾਨੀ ਕਿ ਕਲੋਨੀ ਫਾਰਮਿੰਗ ਯੂਨਿਟ ਇਹਨਾਂ ਦੀ ਕੋਈ ਨਾਪੀ ਨੂਪੀ ਹੁੰਦੀ ਹੈ ਤੁਸੀਂ ਇਹਦੀ ਟੈਨਸ਼ਨ ਨਹੀਂ ਲੈਣੀ ਦੇਖੋ ਫੈਸ਼ੋਇਲ ਨਾਲ ਉਹ ਮਲਟੀਟਰਮੀਨਲ ਉਹ ਇਵਨ ਬੇ ਪ੍ਰੋਟੀਨ ਵੀ ਨਾਲ ਉਹ ਪਰ ਇਹ ਸਪਲੀਮੈਂਟ ਪੱਕਾ ਐਡ ਕਰਕੇ ਰੱਖੋ ਢਿੱਡ ਦੀ ਹੈਲਥ ਬਹੁਤ ਜ਼ਰੂਰੀ ਆ ਜੇ ਫਿਰ ਵੀ ਇੰਡੀਆ ਦੇ ਵਿੱਚੋਂ ਕੋਈ ਵਧੀਆ ਸਪਲੀਮੈਂਟ ਨਹੀਂ ਮਿਲਦਾ 100 ਤੋਂ ਲੈ ਕੇ 200 ਗ੍ਰਾਮ ਤੱਕ ਦਹੀਂ ਦਿਨ ਚ ਡੇਲੀ ਦਾ ਜ਼ਰੂਰ ਖਾਓ ਤੁਸੀਂ ਵੱਧ ਵੀ ਖਾ ਸਕਦੇ ਹੋ ਜੇ ਤੁਸੀਂ ਲੀਨ ਹੋ ਪਰ ਦਹੀਂ ਤੁਹਾਡੀ ਡਾਈਟ ਚ ਪੱਕਾ ਐਡ ਹੋਣਾ ਚਾਹੀਦਾ